ਇੱਕ ਸੰਤੁਲਨ ਵਾਲਾ ਲੜਕਾ ਬਣਾਉਣ ਲਈ ਤੁਹਾਨੂੰ ਪਲਾਸਟਿਕ ਦੇ ਡੱਬੇ, ਢੱਕਣ, ਟੁੱਥਪੇਸਟ ਦੀ ਟਿਊਬ ਆਦਿ ਆਮ ਸਮਾਨ ਚਾਹੀਦਾ ਹੈ। ਇਸ ਦੇ ਜ਼ਿਆਦਾਤਰ ਹਿੱਸੇ ਫਾਲਤੂ ਸੁੱਟੀਆਂ ਹੋਈਆਂ ਚੀਜ਼ਾਂ ਤੋਂ ਬਣੇ ਹਨ। ਇੱਕ ਪਲਾਸਟਿਕ ਦਾ ਕੈਨ ਲਵੋ ਅਤੇ ਉਸ ਦੇ ਮੱਧ ਵਿੱਚ ਇੱਕ ਲੰਬਾ ਟੁੱਥਪਿਕ ਪਾ ਦਿਓ। ਤਾਰ ਦੀਆਂ ਲੱਤਾਂ ਅਤੇ ਬਾਹਾਂ ਬਣਾਓ। ਗਰਦਨ ਦੇ ਲਈ ਇੱਕ ਪੁਰਾਣੀ ਟੁੱਥਪੇਸਟ ਦੀ ਟਿਊਬ ਲਗਾ ਦਿਓ। ਫਿਰ ਟੋਪੀ ਵਾਲਾ ਸਿਰ ਲਗਾ ਦਿਓ। ਰੰਗਦਾਰ ਟੇਪ ਦੇ ਨਾਲ ਸੰਤੁਲਨ ਵਾਲੇ ਲੜਕੇ ਨੂੰ ਸਜਾਓ। ਕੁਝ ਗੋਲ ਚੁੰਬਕ ਉਸਦੇ ਸਰੀਰ ਨੂੰ ਚਿਪਕਾ ਦਿੱਤੇ ਗਏ ਹਨ ਤਾਂ ਉਹ ਨੀਚੇ ਤੋਂ ਭਾਰਾ ਹੋ ਜਾਵੇ ਅਤੇ ਸੰਤੁਲਨ ਬਣਾ ਸਕੇ। ਨੀਚੇ ਦਾ ਸਰੀਰ ਟੁੱਥਪਿਕ ਦਾ ਤਿੱਖਾ ਹਿੱਸਾ ਹੋਵੇਗਾ। ਇਹ ਇੱਕ ਭਾਰੀ ਪਾਣੀ ਦੀ ਬੋਤਲ ਦੇ ਢੱਕਣ ਉੱਤੇ ਰੱਖ ਦਿਓ। ਇਹ ਸੰਤੁਲਨ ਵਾਲਾ ਲੜਕਾ ਉਸ ਢੱਕਣ ਉੱਪਰ ਆਰਾਮ ਕਰੇਗਾ। ਉਸਨੂੰ ਜ਼ਰਾ ਜਿਹਾ ਹਿਲਾਉਣ 'ਤੇ ਇਹ ਲੰਬੇ ਸਮੇਂ ਲਈ ਨੱਚਦਾ, ਘੁੰਮਦਾ ਅਤੇ ਹਿਲਦਾ ਰਹੇਗਾ। ਇਹ ਆਮ ਫਾਲਤੂ ਚੀਜ਼ਾਂ ਤੋਂ ਬਣਿਆ ਖਿਡੌਣਾ ਬੱਚਿਆਂ ਨੂੰ ਕਾਫ਼ੀ ਲੰਬੇ ਸਮੇਂ ਤੱਕ ਆਕਰਸ਼ਿਤ ਕਰੀ ਰੱਖੇਗਾ।